ਸਿੱਧੀ ਹੈ ਇਹ ਫਤਿਹਗੜ੍ਹ ਟੂਣੇ ਦੇ ਰਹਿਣ ਵਾਲੇ ਹਨ ਭਾਈ ਸਿਸਟਰ ਜੀ ਕਹੇ ਕਿ ਸਿਸਟਰ ਜੀ ਮੈਰਿਜ ਨੂੰ 50 ਸਾਲ ਹੋ ਚੁੱਕੇ ਹਨ ਔਰ ਸਿਸਟਰ ਆਪਣੇ ਸਹੁਰੇ ਘਰ ਦੇ ਵਿੱਚ ਜਦ ਆਏ ਇਹਨਾਂ ਦੇ ਸੱਸ ਸਹੁਰਾ ਪਾਪਾ ਜੀ ਚਿਰਾਗ ਬਾਲਦੇ ਸੀ ਔਰ ਇਹਨਾਂ ਦੀ ਇਹ ਸਿਸਟਰ ਨੂੰ ਅਸ਼ੁੱਧ ਆਤਮਾ ਨੂੰ ਜਿਦਾ ਇਹ ਮੰਨਦੇ ਸੀ ਔਰ ਪਾਪਾ ਇਸ ਸਿਸਟਰ ਫਟਾਫਟ ਇਹਦੇ ਪੂਰਾ ਪਰਿਵਾਰ ਪੂਜਾ ਕਰਦੇ ਸੀ ਔਰ ਪੂਰੇ ਇੱਕ ਬਹੁਤ ਜ਼ਿਆਦਾ ਦੁਖੀ ਸੀ ਔਰ ਇਹ ਸਿਸਟਰ ਦੇ 6 ਬੱਚੇ ਮਰ ਗਏ ਜੇ ਅਸ਼ੁੱਧ ਆਤਮਾ ਦੇ ਕਰਕੇ ਔਰ 5 ਬੇਟੇ ਔਰ 1 ਬੇਟੀ ਇੱਕ ਇਹਨਾਂ ਦੇ ਮਿਸਕੈਰੇਜ ਵੀ ਹੋਇਆ ਔਰ 5 ਬੱਚੇ ਇਹਨਾਂ ਦੇ ਮਰੇ ਉਸ ਤੋਂ ਬਾਅਦ ਇਸ ਸਿਸਟਰ ਨੂੰ ਬੜਾ ਅਫਸੋਸ ਸੀ ਕੋਈ ਅਫਸੋਸ ਨਹੀਂ ਦੱਸੀ ਸ਼ੁੱਧ ਆਤਮਾ ਕਰਕੇ ਕਿ ਮੇਰੇ ਬੱਚੇ ਮਰ ਚੁੱਕੇ ਨੇ ਉਸ ਤੋਂ ਬਾਅਦ ਪਾਪਾ ਸਿਸਟਰ ਦੇ ਪਤੀ ਨਾਲ ਬਿਲਕੁਲ ਵੀ ਬਣਦੀ ਨਹੀਂ ਸੀ ਉਸ ਤੋਂ ਬਾਅਦ ਇਸ ਸਿਸਟਰ ਦੇ 3 ਬੇਟੇ ਔਰ 3 ਬੇਟੀਆਂ ਹੋਈਆਂ ਔਰ ਪਾਪਾ ਜੀ ਇਹਨਾਂ ਦੇ ਬੇਟੇ ਔਰ ਆਪਸ ਵਿੱਚ ਔਰ ਪਤੀ ਦੇ ਵਿੱਚ ਬਿਲਕੁਲ ਵੀ ਬਣਦੀ ਨਹੀਂ ਸੀ ਔਰ ਪਾਪਾ ਜਿਹਦੇ ਕਰਕੇ ਇਹਨਾਂ ਦਾ ਪਤੀ ਸਰਕਾਰੀ ਜੌਬ ਕਰਦਾ ਸੀ ਔਰ ਇਹਨਾਂ ਦਾ ਬੇਟਾ ਵੀ ਸਰਕਾਰੀ ਜੌਬ ਕਰਦਾ ਸੀ ਔਰ ਪੈਸੇ ਤੇ ਕੋਈ ਵੀ ਬਰਕਤ ਨਹੀਂ ਸੀ ਜਿੰਨਾ ਵੀ ਪੈਸਾ ਕਮਾਉਂਦੇ ਸੀ ਸਭ ਫਜ਼ੂਲ ਖਰਚੀ ਦੇ ਇਸਤੇਮਾਲ ਹੋ ਜਾਂਦਾ ਸੀ ਇੱਥੋਂ ਤੱਕ ਇਹਨਾਂ ਦਾ ਆਪਣੇ ਘਰ ਦੇ ਵਿੱਚ ਰੋਟੀ ਬਣਾਉਣੀ ਵੀ ਬੜੀ ਔਖੀ ਸੀ ਇਸ ਸਿਸਟਰ ਦੀ ਗਵਾਹੀ ਸੀ ਕਿ ਮੈਂ ਆਪਣਾ 50 ਸਾਲ ਦੇ ਆਪਣਾ ਘਰ ਬਣਾਉਣਾ ਚਾਹੁੰਦੇ ਸੀ ਔਰ ਪਾਪਾ ਦੇ ਪਰ ਇੱਕ ਸ਼ੈਤਾਨੀ ਪੂਜਾ ਜਾ ਕਰਨ ਦੇ ਬਾਅਦ ਪਾਪਾ ਜੀ ਇਹਨਾਂ ਸਿਸਟਰ ਨੂੰ ਬਹੁਤ ਜ਼ਿਆਦਾ ਦੁੱਖ ਮਿਲਿਆ ਉਸ ਤੋਂ ਬਾਅਦ ਇਸ ਸਿਸਟਰ ਨੂੰ ਕਿਹਾ ਦਰਦ ਬਾਰੇ ਕਿਸੇ ਨੇ ਦਰਦ ਬਾਰੇ ਦੱਸਿਆ ਕਿ ਤੂੰ ਇੱਕ ਵਾਰ ਚਰਚ ਵਿੱਚ ਜਾ ਕੇ ਦੇ ਖੁਦਾ ਦੇ ਰਸਤਿਆਂ ਨੂੰ ਖੋਲੇਗਾ ਤੂੰ ਇਸ ਪੂਜਾ ਨੂੰ ਬੰਦ ਕਰ ਉਸ ਤੋਂ ਬਾਅਦ ਪਾਪਾ ਇਸ ਚਰਚ ਵਿੱਚ ਗਏ ਪਰ ਕੋਈ ਸਿਸਟਰ ਨੂੰ ਸਕਣ ਤੇ ਕੋਈ ਫਰਕ ਨਹੀਂ ਪਰ ਉਸ ਤੋਂ ਬਾਅਦ ਪਾਪਾ ਜੀ ਇਸ ਸਿਸਟਰ ਹਮ ਦੇ ਦਰਦ ਵਿੱਚ ਆਉਣਾ ਸ਼ੁਰੂ ਕੀਤਾ ਜਦ ਇਹ ਸਿਸਟਰ ਚਰਚ ਵਿੱਚ ਆਉਣਾ ਸ਼ੁਰੂ ਕੀਤਾ ਇਸ ਸਿਸਟਰ ਨੇ ਜਗ੍ਹਾ ਤਾਂ ਕਿ ਗਵਾਈਆਂ ਸੁਣੀਆਂ ਸੰਗਤੀ ਚ ਬਣੇ ਰਹੇ ਔਰ ਪਾਪਾ ਜੀ ਪੂਰੇ 6 ਮਹੀਨੇ ਬਾਅਦ ਚਰਚ ਵਿੱਚ ਆਏ ਔਰ ਪਾਪਾ ਜੀ ਸਿਸਟਰ ਜਦ ਚਰਚ ਵਿੱਚ ਤੁਸੀਂ ਇਸ ਸਿਸਟਰ ਨੇ ਤੁਸੀਂ ਵਰਡ ਦਿੰਦੇ ਕਿ ਤੁਸੀਂ ਆਪਣਾ ਘਰ ਬਣਾਉਣ ਦੇ ਲਈ ਜਾ ਰਹੇ ਹੋ ਪਾਪਾ ਇਸ ਸਿਸਟਰ 50 ਸਾਲ ਤੋਂ ਆਪਣਾ ਘਰ ਬਣਾਉਣਾ ਚਾਹੁੰਦੇ ਸੀ ਇਸ ਸਿਸਟਰ ਆਪਣਾ ਘਰ ਬਣਾ ਚੁੱਕੇ ਹੈ ਪਿਛਲੇ 6 ਮਹੀਨੇ ਤੋਂ ਔਰ ਪਾਪਾ ਜੀ ਸਿਸਟਰ ਦੇ 6 ਕਮਰੇ 2 ਰਸੋਈਆਂ ਔਰ ਪਾਪਾ ਜੀ 2 ਬਾਥਰੂਮ 2 ਲੋਬੀਆਂ ਔਰ ਪਾਪਾ ਪੂਰੇ ਪਿਆਸ ਹੈ ਇਸ ਕਮਰੇ ਦੇ ਲਈ ਪ੍ਰਭੂ ਯੇਸ਼ੂ ਜੀ ਦਾ ਨਾਮ ਕਰਦੇ ਹਾਂ ਥੈਂਕ ਯੂ ਜੀਸਸ ਇਹ ਕਰੀ ਯੋਰ ਸੇ ਬੋਲੋ ਨਾ ਹਾਲੇਲੂਇਆ ਉਹਦੇ ਸਰਕਾਰੀ ਜੋਬ ਹੋਣ ਦੇ ਨਾਤੇ ਵੀ ਆਪ ਬੜੀ ਤੰਗੀ ਚ ਗੁਜ਼ਰ ਰਹੇ ਸੀ ਹਾਂਜੀ 50,000 ਲੈਂਦੇ ਆ ਵੀ ਰੋਟੀ ਨਹੀਂ ਪੱਕਦੀ ਜਦੋਂ ਤਨਖਾਹ ਮਿਲਣੀ ਫਿਰ ਰੋਟੀ ਨਹੀਂ ਪੱਕਣੀ ਫਿਰ ਲੋਕਾਂ ਕੋਲੋਂ ਮੰਗੀ ਗਈ 50,000 ਰੁਪਏ ਵਾਲਾ ਬੰਦਾ ਕਰਾਉਣ ਵਾਲਾ ਤੇ ਫਿਰ ਪਾਪਾ ਜੀ ਫਿਰ ਮੈਂ ਢੋਣਾ ਵੀ ਕੀ ਫਾਇਦਾ ਮੰਗਣ ਦਾ ਜੇ ਰੋਟੀ ਨਹੀਂ ਮੰਗਣੀ ਤੇ ਫਾਇਦਾ ਕੀ ਹੈ ਸਾਡੇ ਨਾਲ ਤਾਂ ਟੱਪਰੀ ਬਾਤ ਚੰਗੀ ਹੈ ਜਿਹੜੇ ਰੋਟੀ ਖਾ ਲੈਂਦੇ ਇਹ ਵੀ ਮੰਗਣਾ ਸ਼ੁਰੂ ਕਰ ਦਈਏ ਏਦਾਂ ਦੇ ਹਾਲਾਤ ਜੋ ਆਪ ਗੁਜ਼ਰੇ ਸਾਲਾਂ ਕਿੱਦਾਂ ਨਿਕਲ ਹੁਣ ਪਾਪਾ ਜੀ ਪ੍ਰਭੂ ਦੀ ਕਿਰਪਾ ਵਾ ਮੈਂ 2 ਹਫ਼ਤੇ ਅਜੇ ਆਈ ਹਾਂ ਤੇ ਪ੍ਰਭੂ ਨੇ ਮੈਨੂੰ ਆਵਾਜ਼ ਮਾਰ ਕੇ ਮਖਾਣ ਦਿੱਤਾ ਆਪ ਦੀਵਾ ਹੋ ਆਪ ਲਾਈਟ ਹੋ ਆਪ ਰੋਸ਼ਨੀ ਹੋ ਆਪ ਹੋ ਆਪ ਦੂਸਰਿਆਂ ਨੂੰ ਚਾਨਣ ਦਓਗੇ ਆਪ ਦੂਸਰਿਆਂ ਨੂੰ ਪ੍ਰਕਾਸ਼ ਦਓਗੇ ਮੈਂ ਦੂਸਰਿਆਂ ਨੂੰ ਪ੍ਰਕਾਸ਼ ਦੇ ਰਿਹਾ ਯੇਸ਼ੂ ਮਸੀਹ ਨੂੰ ਆਪ ਨੂੰ ਇਸ ਜਗ੍ਹਾ ਤੇ ਆ ਕੇ ਪਰਮੇਸ਼ਰ ਦਾ ਪਤਾ ਲੱਗਾ ਕਿ ਪਰਮੇਸ਼ਰ ਕੌਣ ਹੁੰਦਾ ਹੈ ਉਹਦਾ ਬਚਨ ਕੀ ਕਹਿੰਦਾ ਹੈ ਹੁਣ ਕੋਈ ਦੀਵਾ ਨਹੀਂ ਕੋਈ ਬੱਤੀ ਨਹੀਂ ਕੋਈ ਲੰਗਰ ਨਹੀਂ ਕੋਈ ਵੀਰਵਾਰ ਨਹੀਂ ਕੋਈ ਮੰਗਲਵਾਰ ਨਹੀਂ ਹੁਣ ਆਪ ਪ੍ਰਭੂ ਦੇ ਵਿੱਚ ਹੋ ਕਿੱਥੋਂ ਆਏ ਹੋ ਆਪ ਫਤਿਹਗੜ੍ਹ ਚੂੜੀਆਂ ਨੂੰ ਆਪ ਆਨੰਦ ਤੋਂ ਪ੍ਰਭੂ ਦੇ ਵਿੱਚ ਸਾਡੇ ਤੇ ਖੜੇ ਰਹਿਣਾ ਅੱਜ ਸ਼ੁਰੂ ਹੋਇਆ ਕੰਮ ਯੇਸ਼ੂ ਮਸੀਹ ਦੇ ਨਾਮ ਵਿੱਚ ਮੇਰਾ ਵੀ ਜੀਰੋ ਤੋਂ ਸ਼ੁਰੂ ਹੋਇਆ ਕੰਮ ਯੇਸ਼ੂ ਮਸੀਹ ਦੇ ਨਾਮ ਵਿੱਚ ਮੈਂ ਵੀ ਅੱਗੇ ਜਾਣਾ ਹੈ ਬੋਲ ਕੇ ਤਾਲੀਆਂ ਵਜਾ ਕੇ ਅਜੇ ਇੱਥੇ ਘਰ ਮਿਲਿਆ ਹੈ ਇੱਕ ਉੱਤੇ ਵੀ ਘਰ ਹੈਗਾ ਉੱਤੇ ਬਲੈਸ ਹੈ ਯੇਸ਼ੂ ਮਸੀਹ ਦੇ ਨਾਮ ਵਿੱਚ ਭਲੇ ਵੀ ਕੰਮ ਮਿੱਟੀ ਔਰ ਪੱਥਰਦਾਰ ਕੋਈ ਦੁਸ਼ਟ ਆਤਮਾ ਨਹੀਂ ਕੋਈ ਜਾਦੂ ਨਹੀਂ ਕੋਈ ਟੋਨਾ ਨਹੀਂ ਹੁਣ ਆਪ ਯੇਸ਼ੂ ਮਸੀਹ ਨੂੰ ਜੀਵਨ ਦੇ ਚੁੱਕੇ ਹੋ ਆਪ ਯੇਸ਼ੂ ਦੇ ਚੱਲ ਰਹੇ ਹੋ ਹਾਂਜੀ ਔਰ ਥੈਂਕ ਯੂ ਖੁਦਾ ਦਾ ਯੇਸ਼ੂ ਇਸ ਪਰਿਵਾਰ ਨੂੰ ਵੀ ਬੜੀ ਬਰਕਤ ਦੇਣਾ ਜਿਸ ਭੈਣ ਨੂੰ ਲੈ ਕੇ ਆਏ ਨੇ ਯੇਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਖਾਣਾ